ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਅਤੇ ਮੈਂ ਹਾਂ ਜਸ ਸਿੰਘ ਚਾਹਲ। ਨਵਜੋਤ ਸਿੰਘ ਸਿੱਧੂ ਆਪਣੇ ਪੁਰਾਣੇ ਦੋਸਤ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਕੀ ਪਹੁੰਚੇ, ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉਹਨਾਂ 'ਤੇ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਮੁਖੀ ਨੇ, ਸਰਕਾਰ ਦੇ ਮੁਖੀ ਨੇ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਝਾੜ ਪਾ ਦਿੱਤੀ ਹੈ। ਜੋ ਬਾਤ ਮੈਂ ਗਲਤ ਸਮਝਦਾ ਹਾਂ ਕਿ ਰੋਜ਼ ਹਮਾਰੇ ਫੌਜੀ ਸ਼ਹੀਦ ਹੋਤੇ ਹੈ ਔਰ ਜਨਰਲ ਬਾਜਵਾ ਉਨਕੇ ਚੀਫ ਕੋ ਇਹ ਜੱਫੀ ਵਗੈਰਾ ਡਾਲਨੀ, ਇਹ ਮੈਂ ਇਸ ਹੱਕ ਮੈਂ ਨਹੀਂ ਹਾਂ। ਵੈਦਰ ਦ ਮੈਨ ਹੂ ਪੁੱਲ ਦ ਟ੍ਰਿਗਰਸ ਟੂ ਬਲੇਮ ਔਰ ਦ ਮੈਨ ਹੂ ਗਿਵਸ ਦੀ ਆਰਡਰ ਵਿਚ ਇਜ਼ ਦ ਚੀਫ ਐਂਡ ਦ ਚੀਫ ਇਜ਼ ਮਿਸਟਰ ਜਨਰਲ ਬਾਜਵਾ। ਨਵਜੋਤ ਸਿੰਘ ਸਿੱਧੂ ਵੱਲੋਂ ਸਹੁੰ ਚੁੱਕ ਸਮਾਗਮ ਦੇ ਵਿੱਚ ਵੱਡੇ ਵੱਡੇ ਲੀਡਰਾਂ ਅਤੇ ਫੌਜ ਮੁਖੀ ਨਾਲ ਪਾਈਆਂ ਗਈਆਂ ਜੱਫੀਆਂ ਤੇ ਸਿੱਧੂ ਦਾ ਕਹਿਣਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਕੌਣ ਨੇ। ਇਸ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਐਂਡ ਟੂ ਸੇ ਦੈਟ ਆਈ ਡੋਨਟ ਨੋ ਜਨਰਲ ਬਾਜਵਾ ਜੀ ਯਹਾਂ ਲਿਖਾ ਹੋਤਾ ਹੈ ਉਨਕੇ ਟਿਊਨਿਕ ਕੇ ਉਪਰ, ਦੈਟਸ ਰੋਂਗ ਐਂਡ ਆਈ ਥਿੰਕ ਦੈਟ ਵਾਜ਼ ਰੋਂਗ ਫਾਰ ਹਿਮ ਟੂ ਹੈਵ shown the affection he did for the Pakistani army chief. ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਸਾਰਿਆਂ ਵਿਰੋਧੀਆਂ ਅਤੇ ਆਪਣਿਆਂ ਦੇ ਹਮਲਿਆਂ ਤੋਂ ਬੇਫਿਕਰ ਬੇਖੌਫ ਦਿਖਾਈ ਦੇ ਰਹੇ ਨੇ। ਜਦੋਂ ਵਾਹਗਾ ਬਾਰਡਰ ਤੋਂ ਵਾਪਸ ਪਰਤੇ ਤਾਂ ਉਹਨਾਂ ਨੇ ਇਸ ਗੱਲ ਦਾ ਜਵਾਬ ਵੀ ਦੇ ਦਿੱਤਾ ਕਿ ਉਹਨਾਂ ਨੇ ਪਾਕ ਫੌਜ ਦੇ ਮੁਖੀ ਨੂੰ ਜੱਫੀ ਕਿਉਂ ਪਾਈ ਸੀ। ਬਾਜਵਾ ਸਾਹਿਬ ਨੇ ਇਹ ਕਿਹਾ ਕਿ ਜਦੋਂ ਬਾਬਾ ਨਾਨਕ ਦਾ 550ਵਾਂ ਤੁਸੀਂ ਗੁਰਪੁਰਬ ਮਨਾਓਗੇ ਤੇ ਅਸੀਂ ਲਾਂਘਾ ਖੋਲ ਦੇਵਾਂ। ਹੁਣ ਵੇਖੋ ਜਦੋਂ ਕੋਈ ਇਹੋ ਜਿਹੀ ਗੱਲ ਕਵੇ, ਬਾਬਾ ਨਾਨਕ ਦਾ ਨਾਂ ਲਵੇ ਤੇ ਭਾਈ ਉਹ ਤੇ ਤੁਹਾਡੇ ਲਈ ਸਭ ਕੁਝ ਹੀ ਲੈ ਕੇ ਆ ਗਿਆ ਨਾ, 40 ਸਾਲਾਂ ਦੇ ਲੱਗੇ ਆ, ਹੈ ਕਿ ਨਹੀਂ? ਉਸ ਤੋਂ ਵੱਡੀ ਸ਼ੁਰੂਆਤ ਕੀ ਹੋ ਸਕਦੀ। ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਨਵਜੋਤ ਸਿੰਘ ਸਿੱਧੂ ਕੱਲ ਭਾਰਤ ਪਰਤਾਏ ਅਤੇ ਉਸੇ ਤਰ੍ਹਾਂ ਹੀ ਪਰਤੇ ਜਿਵੇਂ ਕਿ ਉਹ ਗਏ ਸਨ, ਯਾਨੀ ਕਿ ਪੈਦਲ ਚੱਲ ਕੇ ਉਹਨਾਂ ਨੇ ਵਾਹਗਾ ਬਾਰਡਰ ਕ੍ਰਾਸ ਕੀਤਾ। ਪਰ ਇੱਥੇ ਕੁਝ ਕਥਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ, ਉਹਨਾਂ ਨੇ ਕਿਉਂ ਵਿਰੋਧ ਕੀਤਾ ਉਹਨਾਂ ਦੀ ਵੀ ਸੁਣਦੇ ਹਾਂ। ਅੱਜ ਸਿੱਧੂ ਦਾ ਵਿਰੋਧ ਇਸ ਕਰਕੇ ਕੀਤਾ ਕਿ ਜਿੰਨੇ ਦੇਸ਼ ਦੇ ਸ਼ਹੀਦ ਹੋਏ ਆ, ਬਾਰਡਰਾਂ ਦੇ ਸ਼ਹੀਦ ਹੋ ਰਹੇ ਆ, ਉਹਨਾਂ ਘਰਾਂ ਦੇ ਵਿੱਚ ਜਾ ਨਹੀਂ ਸਕਿਆ, ਇੱਥੇ ਅੰਮ੍ਰਿਤਸਰ ਵੀ ਸ਼ਹੀਦ ਹੋਇਆ ਉਹਦੇ ਘਰ ਜਾ ਨਹੀਂ ਸਕਿਆ, ਤਾਂ ਇੱਥੋਂ ਦੂਰ ਜਾ ਕੇ ਜਿੰਨੇ ਸ਼ਹੀਦ ਕੀਤੇ ਆ ਉਹਨਾਂ ਜੱਫੀਆਂ ਪਾ ਰਹੇ ਆ। ਅਸੀਂ ਇਸ ਕਰਕੇ ਇਹ ਹਿੰਦੁਸਤਾਨ ਦਾ ਗਦਾਰ ਹੈ, ਇਸ ਕਰਕੇ ਅਸੀਂ ਇੱਥੇ ਵਿਰੋਧ ਕਰਨ ਆ ਗਏ। ਦਰਅਸਲ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਦੌਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਣ ਲੱਗੇ ਸਨ। ਭਾਰਤੀ ਜਨਤਾ ਪਾਰਟੀ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਸੀ ਕਿ ਦੇਸ਼ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਨੂੰ ਲੈ ਕੇ ਸੋਗ ਹੈ ਅਤੇ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੀ ਸਹੁੰ ਚੁੱਕ ਸਮਾਗਮ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ। ਇਹ ਕਿਸੇ ਵੀ ਤਰ੍ਹਾਂ ਨੈਤਿਕ ਤੌਰ ਤੇ ਜਾਇਜ਼ ਨਹੀਂ ਹੈ, ਪਰ ਇਸ ਤੋਂ ਬਾਅਦ ਜਦੋਂ ਪਾਕ ਫੌਜ ਦੇ ਮੁਖੀ ਨਾਲ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾ ਲਈ, ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਸਾਰੇ ਦੇਸ਼ ਦੇ ਵਿੱਚ ਇਸ ਗੱਲ ਨੂੰ ਮੁੱਦਾ ਬਣਾ ਲਿਆ ਕਿ ਪਾਕ ਫੌਜ ਦੇ ਮੁਖੀ ਨਾਲ ਨਵਜੋਤ ਸਿੰਘ ਸਿੱਧੂ ਜੱਫੀ ਕਿਵੇਂ ਪਾ ਸਕਦੇ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਜੋ ਵੀ ਪਾਕਿਸਤਾਨ ਦੇ ਵਿੱਚ ਅੱਤਵਾਦ ਫਣਪ ਰਿਹਾ ਉਸ ਦਾ ਸਰਗਣਾ ਪਾਕਿਸਤਾਨ ਦੇ ਫੌਜ ਮੁਖੀ ਨੂੰ ਜਨਰਲ ਬਾਜਵਾ ਨੂੰ ਮੰਨਿਆ ਜਾਂਦਾ ਹੈ। ਇਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੇ ਮੁਖੀ ਨੂੰ ਨਵਜੋਤ ਸਿੰਘ ਸਿੱਧੂ ਨੇ ਜੱਫੀ ਪਾ ਲਈ ਹੈ, ਇਸੇ ਕਰਕੇ ਕਾਂਗਰਸ ਪਾਰਟੀ ਤੇ ਵੀ ਇਸ ਨੂੰ ਲੈ ਕੇ ਦਬਾਅ ਲਗਾਤਾਰ ਵਧਦਾ ਜਾ ਰਿਹਾ। ਇੱਕ ਪਾਸੇ ਕਾਂਗਰਸ ਦੇ ਕੁਝ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਡਿਫੈਂਡ ਕਰਦੇ ਵੀ ਦਿਖਾਈ ਦੇ ਰਹੇ ਨੇ, ਜਿਸ ਵਿੱਚ ਰਵਨੀਤ ਸਿੰਘ ਬਿੱਟੂ ਅਤੇ ਰਾਜਕੁਮਾਰ ਵੇਰਕਾ ਦਾ ਨਾਂ ਮੁੱਖ ਤੌਰ ਤੇ ਲਿਆ ਜਾ ਸਕਦਾ ਹੈ। ਪਰ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿ ਕੇ ਝਾੜ ਪਾ ਦਿੱਤੀ ਹੈ ਕਿ ਜਾਣ ਤੱਕ ਤਾਂ ਠੀਕ ਸੀ, ਉਸ ਸਮਾਗਮ ਦੇ ਵਿੱਚ ਜਾਣਾ ਤਾਂ ਫਿਰ ਵੀ ਠੀਕ ਸੀ, ਪਰ ਜੱਫੀ ਪਾ ਕੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਗਲਤ ਕਦਮ ਚੁੱਕਿਆ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕੋ ਗੱਲ ਕਰਦੇ, ਪਿਆਰ ਮੁਹੱਬਤ ਅਤੇ ਸਾਂਝੀਵਾਲਤਾ ਦੀ ਗੱਲ ਕਰਦੇ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਪਿਆਰ ਲੈ ਕੇ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਹੁੰਚੇ ਸਨ, ਉਸ ਤੋਂ ਦੁੱਗਣਾ ਕਈ ਗੁਣਾ ਜ਼ਿਆਦਾ ਪਿਆਰ ਲੈ ਕੇ ਨਵਜੋਤ ਸਿੰਘ ਸਿੱਧੂ ਵਾਪਸ ਪਰਤੇ ਨੇ। ਪਰ ਸਿੱਧੂ ਦਾ ਹੁਣ ਦੇਸ਼ ਦੇ ਵਿੱਚ ਵਿਰੋਧ ਹੋਣਾ ਲਾਜ਼ਮੀ ਹੈ, ਜਿਵੇਂ ਕਿ ਵਾਹਗਾ ਬਾਰਡਰ 'ਤੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ
ਹੋਣਾ ਇੱਥੇ ਕਰਨਾ ਪਿਆ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਕ ਫੌਜ ਦੇ ਮੁਖੀ ਨੂੰ ਜੱਫੀ ਪਾ ਕੇ ਗਲਤ ਕਦਮ ਚੁੱਕਿਆ? ਇਸ ਨਾਲ ਤੁਸੀਂ ਸਹਿਮਤ ਹੋ? ਇਸ ਬਾਰੇ ਤੁਹਾਡੀ ਕੀ ਰਾਏ ਹੈ? ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਹਾਨੂੰ ਦ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਲ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ। ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹੋ ਦ ਪੰਜਾਬ ਟੀਵੀ ਦੇ ਨਾਲ। ਮੈਂ ਪਾਕਿਸਤਾਨ 'ਚ ਮਾਲਾ ਮਾਲ ਹੋ ਕੇ ਆਇਆ। ਲੋਕ ਉਸੇ ਸਿਰਫ ਧਨ ਦੌਲਤ ਸੇ ਤੋਲਤੇ, ਲੇਕਿਨ ਦੁਨੀਆ ਮੇਂ ਸਬਸੇ ਬੜੀ ਦੌਲਤ ਹੋਤੀ ਹੈ ਪਿਆਰ ਮੁਹੱਬਤ ਔਰ ਮਾਨ ਸਨਮਾਨ ਕੀ ਦੌਲਤ। ਇਸ ਦੌਲਤ ਸੇ ਬੜੀ ਦੁਨੀਆ ਮੇਂ ਕੋਈ ਦੌਲਤ ਨਹੀਂ। ਸੁਨਾ ਥਾ ਕਿ ਤਿਜੋਰੀ ਸੇ ਪੈਸੇ ਨਿਕਾਲੋ ਤੋ ਪੈਸੇ ਕਮ ਹੋ ਜਾਏਂਗੇ, ਪੂਲ ਸੇ ਪਾਣੀ ਨਿਕਾਲੋ ਤੋ ਪਾਣੀ ਕਮ ਹੋ ਜਾਏਗਾ, ਲੇਕਿਨ ਅਗਰ ਪਿਆਰ ਬਾਂਟੋਗੇ ਤੋ 100 ਗੁਣੇ ਬੜ ਜਾਏਗਾ। ਮੁਝੇ ਲਗਤਾ ਹੈ ਕਿ ਉਹ 100 ਗੁਣੇ ਨਹੀਂ 1000 ਗੁਣੇ ਬੜਾ। ਇਹ ਸਭਸੇ ਬੜੀ ਚੀਜ਼ ਹੈ, ਕਿਉਂਕਿ ਹਮ ਦੋਸਤ ਕੀ ਹੈਸੀਅਤ ਸੇ ਵਹਾਂ ਗਏ ਥੇ। ਦੂਸਰੀ ਬਾਤ ਹੈ, ਹਮ ਲੋਕ ਅਰਦਾਸ ਕੀਆ ਕਰਤੇ ਹੈ ਔਰ ਪਰਮਾਤਮਾ ਮੰਗਣੇ ਸੇ ਨਹੀਂ ਨੀਅਤ ਸੇ ਦੇਤਾ ਹੈ ਕਿ ਅਗਰ ਪਰਮਾਤਮਾ ਕੋ ਯੇ ਵਿਸ਼ਵਾਸ ਹੋ ਜਾਏ। ਇਹ ਮੈਨੇ ਅਨੁਭਵ ਕੀਆ ਹੈ ਕਿ ਇਹ ਵਿਸ਼ਵਾਸ ਹੋ ਜਾਏ ਕਿ ਸਾਹਮਣੇ ਵਾਲੇ ਕੀ ਨੀਅਤ ਸਾਫ਼ ਹੈ ਤਾਂ ਬਿਨ ਮੰਗੇ ਸਭ ਕੁਛ ਮਿਲ ਜਾਂਦਾ। ਅਸੀਂ ਅਰਦਾਸ ਕਰਦੇ ਹਾਂ ਜੀ ਕਿ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ। ਇਹ ਅਰਦਾਸ ਹੁੰਦੀ ਹੈ, ਇਹ ਹਰ ਪੰਜਾਬੀ ਹਰ ਸਿੱਖ ਗੁਰਦੁਆਰੇ 'ਚ, ਹਿੰਦੂ ਮੁਸਲਮਾਨ ਸਿੱਖ, ਕਿਉਂਕਿ ਸਿੱਖ ਧਰਮ ਸਭ ਨੂੰ ਮੰਨਦਾ, ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ। ਉਹ ਜਦੋਂ ਕੋਈ ਜਰਨੈਲ ਔਰ ਕੋਈ ਸ਼ਾਸਕ ਤੁਹਾਡੀ ਝੋਲੀ 'ਚ ਪਾਵੇ ਔਰ ਉਹਦਾ ਆਸ਼ਵਾਸਨ ਦੇਵੇ ਬਗੈਰ ਮੰਗੇ ਬਗੈਰ ਕਹੇ, ਅਤੇ ਉਸ ਤੋਂ ਵੱਡੀ ਦੌਲਤ ਵਿਸ਼ਵਾਸ ਦੀ ਔਰ ਆਸ ਦੀ ਕੋਈ ਧਰਤੀ 'ਤੇ ਹੋ ਹੀ ਨਹੀਂ ਸਕਦੀ। ਗੁਰੂ ਨਾਨਕ ਦੇਵ ਪਾਤਸ਼ਾਹ ਜਿੱਦਾਂ ਪ੍ਰਿਥਵੀ ਘੁੰਮਦੀ ਹੈ ਨਾ ਸੂਰਜ ਅੱਗੇ, ਸਾਡੇ ਸੂਰਜ ਉਹ ਨੇ, ਸਾਡੇ ਚਾਨਣ ਮਨਾਰੇ ਉਹ ਨੇ, ਸਾਡੀ ਧੁੰਦ ਮਿਟਾਉਣ ਵਾਲੇ ਬਾਬਾ ਨਾਨਕ ਨੇ, ਅਸੀਂ ਉਹਨਾਂ ਦੇ ਇਰਦ ਗਿਰਦ ਹੀ ਘੁੰਮਦੇ ਹਾਂ। ਅਤੇ ਨਨਕਾਣਾ ਸਾਹਿਬ ਦੇ ਲਾਂਘੇ ਦੀ ਗੱਲ ਜਿਹੜੀ ਭਾਵਾਂ ਜਰਨੈਲ ਸਾਹਿਬ ਹੋਣ ਅਤੇ ਹੋਰਾਂ ਨੇ ਜਿਹੜੀ ਕੀਤੀ ਹੈ, ਉਹਦੇ ਨਾਲ ਮੈਨੂੰ ਬੜਾ ਮੇਰਾ ਵਿਸ਼ਵਾਸ ਵਧਿਆ। ਜਿੱਥੇ ਮੈਂ ਗਿਆ, ਇਹ ਤੁਸੀਂ ਮਹਿਤਾ ਸਾਹਿਬ ਨੂੰ ਪੁੱਛੋ, ਕਿੰਨੀ ਮੁਹੱਬਤ। ਕਈ ਵਾਰ ਜਦੋਂ ਸੰਪਰਕ ਟੁੱਟਦਾ, ਜਦੋਂ ਸੰਪਰਕ ਟੁੱਟ ਜਬ ਸੰਪਰਕ ਟੁੱਟਦਾ ਹੈ ਤਾਂ ਸੰਦੇਹ ਪੈਦਾ ਹੋਤਾ ਹੈ ਔਰ ਸੰਦੇਹ ਕੇ ਧਰਾਤਲ ਪੇ ਆਤਮ ਵਿਸ਼ਵਾਸ ਪਿਘਲ ਜਾਤਾ ਹੈ। ਮੁਝੇ ਲਗਤਾ ਹੈ ਇਹ ਸੰਪਰਕ ਬਣਾ ਰਹਿਣਾ ਚਾਹੀਏ, ਕਿਸੀ ਕੋ ਵੋ ਇੱਕ ਕਦਮ ਚਲਨਾ ਚਾਹੀਏ, ਇਸ ਨਫ਼ਰਤ ਕੀ ਆਗ ਕੋ ਠੰਡਾ ਕਰਨਾ ਚਾਹੀਏ, ਸ਼ੁਰੂਆਤ ਹੋਣੀ ਚਾਹੀਏ। ਸੋ ਇਹ ਸਭ ਜੋ 2 ਦਿਨ ਮੇਂ ਹੁਆ ਹੈ, ਸ਼ਾਇਦ ਮੇਰੀ ਜ਼ਿੰਦਗੀ ਸਾਰੀ ਉਮਰ ਮੇਂ ਮੁਝੇ ਨਾ ਮਿਲਾ ਹੋ ਜੋ ਇਨ 2 ਦਿਨੋਂ ਮੇਂ ਮੁਝੇ ਮਿਲਾ ਹੈ। ਇਸ ਕਰਕੇ ਮੈਂ ਦੋਨੋਂ ਪਾਸਿਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨਿੰਦਾ ਕੀਤੀ ਉਹਨਾਂ ਦੇ ਲਈ ਮੈਂ ਦੁਆ ਕਰਦਾ। ਲੇਕਿਨ ਉੱਥੇ ਮੈਨੂੰ ਲੱਗਦਾ ਸਾਰੀ ਜਿਵੇਂ ਕਾਇਨਾਤ ਝੁਕੀ ਹੁੰਦੀ ਹੈ ਨਾ ਪਿਆਰ ਮੁਹੱਬਤ ਦੀ, ਉਸ ਤਰ੍ਹਾਂ ਦਾ ਮੈਂ ਮਹਿਸੂਸ ਕੀਤਾ। ਔਰ ਮੈਂ ਚਾਹਾਂਗਾ ਕਿ ਜਿਹੜੀ ਪਹਿਲ ਕੀਤੀ ਹੈ, ਇੱਕ ਛੋਟੀ ਜਿਹੀ ਫਾਊਂਡੇਸ਼ਨ ਹੈ, ਇਸ ਫਾਊਂਡੇਸ਼ਨ ਨੂੰ ਵੱਡਾ ਕੀਤਾ ਜਾ ਸਕਦਾ।
ਔਰ ਇਹਦੇ ਉੱਤੇ ਇਮਾਰਤਾਂ ਖੜੀਆਂ ਹੋ ਸਕਦੀਆਂ ਜਿਹੜੀਆਂ ਕਿ ਭਾਈ ਮੇਰੀ ਬਾਤ ਸਮਝੋ ਕਿ ਭਾਈ ਅਗਰ ਕੋਈ ਮੈਨੂੰ ਆ ਕੇ ਕਹੇ ਕਿ ਭਾਈ ਆਪਾਂ ਬਰਾਦਰੀਆਂ ਨੂੰ ਵੀ ਸ਼ੇਅਰ ਕਰਦੇ ਹਾਂ ਅਤੇ ਅੱਜ ਮੈਂ ਕੋਈ ਖੁਸ਼ਖਬਰੀ ਦੇਣੀ ਹੈ ਅਤੇ ਤੁਸੀਂ ਉੱਥੋਂ ਤਿੰਨ ਜਰਨੈਲ ਲੰਘੇ ਸਭ ਨੂੰ ਮਿਲਣਾ ਸੀ ਉਹਨਾਂ ਨੇ ਤੁਹਾਨੂੰ ਬਿਠਾਉਂਦੇ ਉਹ ਨੇ ਤੁਸੀਂ ਗੈਸਟ ਬਣ ਕੇ ਗਏ ਹੋ ਤੁਹਾਨੂੰ ਕਹਿੰਦੇ ਇੱਥੇ ਬੈਠੋ ਮੈਂ ਪਹਿਲਾਂ ਮਹਿਤਾ ਸਾਹਿਬ ਨਾਲ ਬੈਠਾ ਸੀਗਾ ਫਿਰ ਉਹਨਾਂ ਨੇ ਮੈਨੂੰ ਲਿਆ ਕੇ ਪਹਿਲੀ ਰੋਅ ਦੇ ਵਿੱਚ ਬਿਠਾ ਛੱਡਿਆ ਉੱਥੇ ਤਿੰਨੇ ਜਰਨੈਲ ਨਹੀਂ 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 ਫੈਸਲਾ ਫੂਸਲਾ ਕੋਈ ਨਹੀਂ ਹੋਇਆ ਐਵੇਂ ਯਾਰ ਦੇਖੋ ਨਾ ਇੱਕ ਤਾਂ ਗੱਲ ਦੇਖੋ ਰਾਈ ਦਾ ਪਰਬਤ ਬਣਾਉਣਾ ਇਹ ਟੀ ਆਰ ਪੀ ਬਣਾਉਣੀ ਇਹ ਨਾ ਕਰ ਮਿੱਤਰਾ ਇਹ ਫੈਸਲਾ ਨਹੀਂ ਹੈ ਇਹ ਆਸ਼ਵਾਸਨ ਨੇ ਫੈਸਲੇ ਹਮੇਸ਼ਾ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਔਰ ਉਹ ਸਰਕਾਰਾਂ ਦੇ ਹਿੱਸੇ ਹੀ ਹੁੰਦੇ ਆ ਅਤੇ ਫਿਰ ਇਕੱਲੇ ਉਹਨਾਂ ਦੀ ਗੱਲ ਕਿਉਂ ਕਰਦੇ ਹੋ ਫਿਰ ਬਾਕੀ ਸਾਰੇ ਹੁਕਮ ਵੀ ਉੱਤੋਂ ਹੀ ਆਉਂਦੇ ਗੱਲ ਨੂੰ ਸਮਝ ਲਓ ਅਤੇ ਇਸ ਕਰਕੇ ਇਹ ਗੱਲਾਂ ਨਾ ਕਰੀਏ ਆਪਾਂ ਇਹਨੂੰ ਇੱਕ ਪੋਜ਼ਿਟਿਵ ਨੋਟ ਦਈਏ ਇਹਨੂੰ ਸਕਾਰਾਤਮਕ ਸੋਚ ਦਈਏ ਕਿਉਂਕਿ ਜੇ ਇਹ ਮੁਲਕ ਨੇੜੇ ਆਉਂਦੇ ਆ ਤਾਂ ਇੱਕ ਬੜੀ ਪੋਜ਼ਿਟਿਵ ਸਕਾਰਾਤਮਕ ਸੋਚ ਸਾਹਮਣੇ ਆਉਂਦੀ ਹੈ ਸਾਡੇ ਸੱਭਿਆਚਾਰਕ ਰਿਸ਼ਤੇ ਸਾਡੇ ਭਾਈ ਅਸੀਂ ਦੇਖੋ ਇਹ ਤਾਂ ਸਰਕਾਰਾਂ ਨੇ ਕਰਨਾ ਲੇਕਿਨ ਇੱਕ ਪਹਿਲ ਹੋਈ ਹੈ ਔਰ ਪਹਿਲ ਬੜੀ ਪੋਜ਼ਿਟਿਵ ਹੋਈ ਹੈ ਸਕਾਰਾਤਮਕ ਹੋਈ ਹੈ ਪਰ ਇਹ ਪਹਿਲਾਂ ਨਹੀਂ ਹੋਈ ਸੀ ਅਤੇ ਇਹ ਮਤਲਬ ਖਾਨ ਸਾਹਿਬ ਦੀ ਸਟੇਟਮੈਂਟ ਦੇ ਨਾਲ ਮਿਲਦੀ ਜੁਲਦੀ ਹੈ ਕਿ ਕੋਈ ਇੱਕ ਕਦਮ ਵਧੇ ਅਤੇ ਅਸੀਂ ਦੋ ਵਧਾਂਗੇ ਅਤੇ ਇਹੀਓ ਗੁਜ਼ਾਰਿਸ਼ ਹੈ ਇਹੀਓ ਨੀਵੇਂ ਹੋ ਕੇ ਕਹਿਣਾ ਕਿ ਕੋਈ ਇੱਕ ਕਦਮ ਤੁਰੇ ਬਹੁਤ ਗੱਲਾਂ ਅਸੀਂ 45 ਮਿੰਟ ਬੈਠੇ ਪੁੱਛੋ 45 ਮਿੰਟ ਅਸੀਂ ਜਿਹੜੀ ਵਰਲਡ ਕੱਪ ਦੀ ਵਿਨਿੰਗ ਟੀਮ ਸੀ ਉਹਦੇ ਨਾਲ ਅਸੀਂ ਦੋ ਹਿੰਦੁਸਤਾਨੀ ਸੀਗੇ ਸਭ ਤੋਂ ਅੱਗੇ ਬੈਠੇ ਅਤੇ ਨਾਲ ਉਹ ਵਿਨਿੰਗ ਟੀਮ ਪੂਰੇ ਵਿਚਾਰ ਹੋਏ ਲੇਕਿਨ ਉਹ ਬੰਦ ਕਮਰਿਆਂ ਦੀਆਂ ਗੱਲਾਂ ਨੇ ਉਹ ਸਾਰਿਆਂ ਦੇ ਨਾਲ ਸਾਂਝੀਆਂ ਕਰਨ ਵਾਲੀਆਂ ਨੇ ਵੇਖੋ ਇੱਕ ਬਾਤ ਸਮਝ ਰਿਲੇਸ਼ਨਸ ਵਗੈਰਾ ਕੀ ਬਾਤ ਸਰਕਾਰਾਂ ਕਰੇਗੀ ਹਮਾਰੇ ਸਾਥ ਇਨਫੋਰਮਲੀ ਬਹੁਤ ਬਾਤੇਂ ਹੋਈ ਹੈ ਲੇਕਿਨ ਉਹ ਮੇਰਾ ਦਾਇਰਾ ਨਹੀਂ ਹੈ ਮੇਰਾ ਦਾਇਰਾ ਇੱਕ ਦੋਸਤ ਕਾ ਹੈ ਅਮਨ ਅਮਾਨ ਪਿਆਰ ਔਰ ਉਸ ਔਰ ਇੱਕ ਬਾਤ ਆਪ ਸਮਝ ਲਓ ਜਬ ਦੋਸਤੀ ਕਾ ਪੈਗਾਮ ਵੀ ਭੇਜਾ ਹੈ ਤੋ ਦੋਸਤੀ ਕੇ ਪੈਗਾਮ ਕੋ ਛੋਟੇ ਸੇ ਕੂਏ ਮੇ ਮਤ ਰੱਖੋ ਉਹ ਸਮੁੰਦਰ ਵਾਲੀ ਬਾਤ ਹੈ ਉਹ ਸਭ ਕੋ ਦੋਸਤੀ ਕਾ ਪੈਗਾਮ ਭੇਜਾ ਹੈ ਭਾਈ ਆਪ ਵਹਾਂ ਗਏ ਹੋ ਸਿਵਾਏ 6-7 ਜੋ ਕ੍ਰਿਕਟਰਸ ਆਪਕੇ ਸਾਥ ਖੇਲੇ ਆਪ ਉਨਕੋ ਜਾਣਤੇ ਹੋ ਔਰ ਕਿਸੀ ਕੋ ਆਪ ਕਹਾਂ ਸੇ ਜਾਣਤੇ ਹੋ ਆਪਕੋ ਕਿਆ ਪਤਾ ਆਪਕੋ ਮੈਂ ਬੈਠਾ ਥਾ ਮਹਿਤਾ ਸਾਹਿਬ ਕੇ ਸਾਥ ਤੋ ਵਹਾਂ ਸੇ ਪ੍ਰੋਟੋਕੋਲ ਕਾ ਆਦਮੀ ਆਪ ਇਨਹੀਂ ਸੇ ਪੁੱਛੀਏ ਇਨਹੀਂ ਕੀ ਜ਼ਬਾਨੀ ਕਿ ਪ੍ਰੋਟੋਕੋਲ ਕਾ ਬੰਦਾ ਆਇਆ ਉਸਨੇ ਕਿਹਾ ਜੀ ਆਪ ਫਰੰਟ ਰੋ ਮੇ ਬੈਠੋਗੇ ਮੈਂ ਕਿਹਾ ਯਾਰ ਮਹਿਤਾ ਸਾਹਿਬ ਕੋ ਸਾਥ ਮੇ ਲੈ ਕੇ ਚਲੋ ਤੋ ਉਹਨਾਂ ਨੇ ਕਿਹਾ ਜੀ ਨਹੀਂ ਇੱਕ ਹੀ ਸੀਟ ਹੈ ਆਪ ਹੀ ਚਲੇਂਗੇ ਮੈਂ ਕਿਹਾ ਚੱਲ ਬਈ ਫਿਰ ਲੈ ਚੱਲ ਅਤੇ ਉੱਥੇ ਲਿਜਾ ਕੇ ਉਹਨੇ ਮੈਨੂੰ ਭਾਤਾ ਹੁਣ ਅਬ ਹੁਣ 80 ਬੰਦੋਂ ਮੈਂ ਕੌਣ ਹੈ ਹਾਊ ਡੂ ਆਈ ਨੋ ਅਬਾਊਟ ਦੈਟ ਚਲੋ ਯਾਰ ਉਹਦਾ ਉਹ ਮੈਂ ਕਹਿੰਦਾ 10 ਗੁਣਾ ਕੋਈ ਐਲੀਗੇਸ਼ਨ ਲਾਉਣ ਮੈਂ ਕੋਈ ਉਹਦਾ ਜਵਾਬ ਦੇਣਾ ਹੈ ਲੰਮੀ ਉਮਰ ਦੀ ਦੁਆ ਉਹਨਾਂ ਦੀ